ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੇਰਾ ਨਾਮ ਰਕੇਸ਼ ਗਰਗ, ਪ੍ਰਧਾਨ ਬਾਬਾ ਫਰੀਦ ਪ੍ਰੈਸ ਵੈਲਫੇਅਰ ਸੁਸਾਇਟੀ, ਰਜਿਸਟਰਡ ਫਰੀਦਕੋਟ, ਜੋ ਕਿ ਅੰਤ ਦੀ ਗਰਮੀ ਨੂੰ ਵੇਖਦੇ ਹੋਏ ਅੱਜ ਪੰਛੀਆਂ ਵਾਸਤੇ ਪਾਣੀ ਦੇ ਕਟੋਰੇ ਵੰਡੇ ਗਏ ਸਾਡੇ ਕਲੱਬ ਵੱਲੋਂ। ਕਿਵੇਂ ਗਰਮੀ ਬਹੁਤ ਹੈ, ਸਾਨੂੰ ਵੀ ਪੰਛੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਪਦੀ ਆਪਦੀ ਛੱਤ 'ਤੇ ਪਾਣੀ ਦੇ ਕਟੋਰੇ ਰੱਖਣੇ ਚਾਹੀਦੇ ਹੈ। ਕਿਵੇਂ ਆਪਾਂ ਰੈਸਟ ਹਾਊਸ ਸੈਰ ਕਰਦੇ ਹਾਂ, ਕਿਤੇ ਵੀ ਜਾਂਦੇ ਹਾਂ ਥਾਂ 'ਤੇ, ਉੱਥੇ ਕਟੋਰੇ ਪਏ ਹੁੰਦੇ ਆ, ਰੱਖਣੇ ਚਾਹੀਦੇ ਹੈ। ਅਤੇ ਸਾਨੂੰ ਇਹਨਾਂ ਇਹ ਨਹੀਂ ਕਿ ਇਕੱਲੇ ਕਟੋਰੇ ਰੱਖਤੇ ਛੱਤ 'ਤੇ, ਅਤੇ ਉਹਨਾਂ ਨੂੰ ਪਾਣੀ ਵੀ ਪਾਉਣਾ ਚਾਹੀਦਾ। ਦਿਨ 'ਚ 2 ਵਾਰੀ ਸਾਨੂੰ ਪਾਣੀ ਪਾਉਣਾ ਚਾਹੀਦਾ। ਸਾਡੀ ਸੁਸਾਇਟੀ ਜੋ ਕਿ ਸਮਾਜ ਸੇਵੀ ਕੰਮ ਕਰਦੀ ਰਹਿੰਦੀ ਹੈ, ਸਾਡੇ ਹਰੇਕ ਮੈਂਬਰ ਵਿੱਚ ਸਮਾਜ ਸੇਵਾ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ। ਸਾਡੀ ਸੁਸਾਇਟੀ ਹਮੇਸ਼ਾ ਹੀ ਸਮਾਜ ਸੇਵੀ ਕੰਮ ਕਰਦੀ ਰਹਿੰਦੀ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ, ਮੌਕੇ ਮੌਕੇ 'ਤੇ ਸਾਡੀ ਸੁਸਾਇਟੀ ਐਕਟੀਵਿਟੀ ਪਾਉਂਦੀ ਰਹਿੰਦੀ ਹੈ। ਕਿਵੇਂ ਪਾਣੀ ਪੌਦੇ ਲਾਉਂਦੇ, ਪੌਦਿਆਂ ਦਾ ਲੰਗਰ ਲਾਇਆ, ਕਿਵੇਂ ਲੰਗਰ ਦੂਸਰਾ ਲਾਇਆ, ਚਾਵਲਾਂ ਦਾ, ਪਾਣੀ ਦਾ, ਬੂਟੇ, ਕੋਈ ਵੀ ਸਮਾਜ ਸੇਵੀ ਕਿਸੇ ਨੂੰ ਵੀ ਲੋੜਵੰਦ ਹੁੰਦੀ ਹੈ, ਸਾਡਾ ਕਲੱਬ ਹਮੇਸ਼ਾ ਤਿਆਰ ਰਹਿੰਦਾ ਹੈ। ਸਾਡੇ ਕਲੱਬ ਹਮੇਸ਼ਾ ਲਈ ਤਿਆਰ ਹੈ। ਕੋਈ ਵੀ ਲੋੜਵੰਦ ਹੈ, ਸਾਡੇ ਸੁਸਾਇਟੀ ਨਾਲ ਸੰਪਰਕ ਕਰੋ।